ਪੰਜਾਬ ਵਿੱਚ 1980 ਤੋਂ 1990 ਦਾ ਅਜਿਹਾ ਦੌਰ ਸੀ ਜਦੋਂ ਬਹੁਤ ਸਾਰੇ ਬੇਕਸੂਰ ਨੌਜਵਾਨਾਂ ਨੂੰ ਘਰੋਂ ਚੁੱਕ-ਚੁੱਕ ਕੇ ਗਾਇਬ ਕਰ ਦਿੱਤਾ ਜਾਂਦਾ ਪਰ ਕਿਸੇ ਵਿੱਚ ਹਿੰਮਤ ਨਹੀਂ ਸੀ ਪੁਲਿਸ ਤੇ ਸਵਾਲ ਚੁੱਕਣ ਦੀ ਉਦੋਂ ਅਜਿਹੇ ਬੇਕਸੂਰ ਲੋਕਾਂ ਦੇ ਹੱਕਾਂ ਲਈ ਇਹ ਇਨਸਾਨ ਖੜਾ ਹੋਇਆ ਜਿਸ ਸਮੇਂ ਲੋਕ ਘਰੋਂ ਬਾਹਰ ਨਿਕਲਣ ਤੋਂ ਵੀ ਡਰਿਆ ਕਰਦੇ ਸੀ ਉਦੋਂ ਇਹ ਇਨਸਾਨ ਨੇ ਹਿੰਮਤ ਕੀਤੀ ਇਹ ਕਹਿਣ ਦੀ ਕਿ ਪੰਜਾਬ ਦੇ ਬਹੁਤ ਸਾਰੇ ਨੌਜਵਾਨ ਆਪਣੇ ਘਰ ਵਾਪਸ ਨਹੀਂ ਪਰਤੇ ਕਿਉਂਕਿ ਪੁਲਿਸ ਨੇ ਗੈਰ ਕਾਨੂੰਨੀ ਕਾਰਵਾਈਆਂ ਕੀਤੀਆਂ ਉਸਨੇ ਪੰਜਾਬ ਵਿੱਚ ਹੋਏ ਮਨੁੱਖੀ ਅਧਿਕਾਰਾਂ ਦੇ ਘਾਣ ਦਾ ਅਜਿਹਾ ਕਾਲਾ ਸੱਚ ਦੁਨੀਆ ਦੇ ਸਾਹਮਣੇ ਲਿਆਂਦਾ ਜਿਸ ਬਾਰੇ ਜਾਣਦੇ ਤਾਂ ਸਾਰੇ ਸੀ ਪਰ ਕਿਸੇ ਵਿੱਚ ਬੋਲਣ ਦੀ ਹਿੰਮਤ ਨਹੀਂ ਸੀ ਇਹ ਇਨਸਾਨ ਨੇ ਦੁਨੀਆ ਦਾ ਧਿਆਨ ਆਪਣੇ ਵੱਲ ਉਦੋਂ ਖਿੱਚਿਆ ਜਦੋਂ ਇਹਨਾਂ ਨੇ ਖੋਜ ਕਰਕੇ ਦਾਅਵਾ ਕੀਤਾ ਕਿ ਪੰਜਾਬ ਪੁਲਿਸ ਨੇ ਇਹ ਸਮੇਂ ਦੌਰਾਨ ਕਰੀਬ 25,000 ਤੋਂ ਜ਼ਿਆਦਾ ਲੋਕਾਂ ਦਾ ਅਣਪਛਾਤਾ ਕਹਿ ਕੇ ਸੰਸਕਾਰ ਕੀਤਾ ਖਾੜਕੂਆਂ ਨਾਲ ਲਿੰਕ ਜੋੜ ਕੇ ਉਹਨਾਂ ਨੂੰ ਘਰੋਂ ਚੁੱਕਿਆ ਗਿਆ ਤੇ ਬਾਅਦ ਵਿੱਚ ਗਾਇਬ ਕਰ ਦਿੱਤਾ ਤੁਸੀਂ ਜਾਣਦੇ ਹੋਵੋਗੇ ਕਿ ਅਸੀਂ ਗੱਲ ਕਰ ਰਹੇ ਹਾਂ ਜਸਵੰਤ ਸਿੰਘ ਖਾਲੜਾ ਬਾਰੇ ਇਹ ਵੀਡੀਓ ਵਿੱਚ ਦੱਸਦੇ ਹਾਂ ਕਿ ਕਿਵੇਂ ਉਹ ਹਿੰਮਤ ਕਰਕੇ ਇਸ ਤਰ੍ਹਾਂ ਗਾਇਬ ਕੀਤੇ ਗਏ ਪੰਜਾਬ ਦੇ ਨੌਜਵਾਨਾਂ ਨੂੰ ਲੱਭਣ ਨਿਕਲੇ ਪਰ ਨਤੀਜਾ ਇਹ ਹੋਇਆ ਕਿ ਇੱਕ ਦਿਨ ਇਹੀ ਤਰੀਕੇ ਨਾਲ ਉਹਨਾਂ ਨੂੰ ਵੀ ਗਾਇਬ ਕਰ ਦਿੱਤਾ ਗਿਆ ਆਜ਼ਾਦੀ ਤੋਂ 5 ਸਾਲ ਬਾਅਦ 2 ਨਵੰਬਰ 1952 ਨੂੰ ਤਰਨ ਤਾਰਨ ਦੇ ਪੱਟੀ ਤਹਿਸੀਲ ਵਿੱਚ ਪੈਂਦੇ ਖਾਲੜਾ ਪਿੰਡ ਵਿੱਚ ਕਰਤਾਰ ਸਿੰਘ ਦੇ ਘਰ ਜਨਮ ਹੋਇਆ ਜਸਵੰਤ ਸਿੰਘ ਖਾਲੜਾ ਦਾ ਇਹਨਾਂ ਦਾ ਪਰਿਵਾਰ ਬੜਾ ਸਧਾਰਨ ਸੀ ਪਰ ਇਤਿਹਾਸ ਵਿੱਚ ਇਹਨਾਂ ਦਾ ਯੋਗਦਾਨ ਸ਼ੁਰੂ ਤੋਂ ਹੀ ਰਿਹਾ ਇਹਨਾਂ ਦੇ ਦਾਦਾ ਹਰਨਾਮ ਸਿੰਘ ਵੀ ਗਦਰ ਲਹਿਰ ਦਾ ਹਿੱਸਾ ਸੀ 1914 ਵਿੱਚ ਜਦੋਂ ਕਾਮਾਗਾਟਾ ਮਾਰੂ ਜਹਾਜ਼ ਭਾਰਤ ਤੋਂ ਚੱਲਿਆ ਸੀ ਤਾਂ ਉਸ ਦੇ ਵਿੱਚ ਸਵਾਰ 376 ਯਾਤਰੀਆਂ ਵਿੱਚੋਂ ਇਹਨਾਂ ਦੇ ਦਾਦਾ ਹਰਨਾਮ ਸਿੰਘ ਵੀ ਇੱਕ ਸੀ ਜਦੋਂ ਇਹ ਜਹਾਜ਼ ਭਾਰਤ ਵਾਪਸ ਆਇਆ ਤਾਂ ਹਰਨਾਮ ਸਿੰਘ ਦੀ ਵੀ ਗ੍ਰਿਫਤਾਰੀ ਹੋਈ ਸੀ ਕਾਮਾਗਾਟਾ ਮਾਰੂ ਜਹਾਜ਼ ਤੇ ਇੱਕ ਅਲੱਗ ਵੀਡੀਓ ਲੈ ਕੇ ਆਵਾਂਗੇ ਫਿਲਹਾਲ ਆਪਾਂ ਵਾਪਸ ਟੌਪਿਕ ਤੇ ਆਉਂਦੇ ਹਾਂ ਜਸਵੰਤ ਸਿੰਘ ਨੇ ਸਕੂਲੀ ਪੜ੍ਹਾਈ ਪਿੰਡ ਤੋਂ ਹੀ ਪ੍ਰਾਪਤ ਕੀਤੀ 1968 ਵਿੱਚ ਉਹਨਾਂ ਨੇ ਤਰਨ ਤਾਰਨ ਦੇ ਗੁਰੂ ਅਰਜਨ ਦੇਵ ਜੀ ਕਾਲਜ ਵਿੱਚ ਉਚੇਰੀ ਸਿੱਖਿਆ ਲੈਣ ਲਈ ਦਾਖਲਾ ਲਿਆ ਉਹਨਾਂ ਦੇ ਵਿਚਾਰ ਹਮੇਸ਼ਾ ਤੋਂ ਹੀ ਖੱਬੇ ਪੱਖੀ ਰਹੇ ਜ਼ੁਲਮ ਖਿਲਾਫ਼ ਲੜਨ ਲਈ ਉਹਨਾਂ ਦਾ ਸ਼ੁਰੂ ਤੋਂ ਹੀ ਰੁਝਾਨ ਸੀ ਇਸੇ ਲਈ ਉਹ ਪੰਜਾਬ ਸਟੂਡੈਂਟਸ ਯੂਨੀਅਨ ਵਿੱਚ ਸਪੋਕਸਪਰਸਨ ਵੀ ਰਹੇ ਪਹਿਲੀ ਵਾਰ ਉਹ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਉਦੋਂ ਬਣੇ ਜਦੋਂ ਅਕਤੂਬਰ 1972 ਵਿੱਚ ਇੱਕ ਸਿਨੇਮਾ ਘਰ ਵਿੱਚ ਬਲੈਕ ਤੇ ਮਹਿੰਗੀਆਂ ਟਿਕਟਾਂ ਵੇਚੀਆਂ ਜਾ ਰਹੀਆਂ ਸੀ ਉਦੋਂ ਮਨੋਰੰਜਨ ਦੇ ਜ਼ਿਆਦਾ ਸਾਧਨ ਨਹੀਂ ਹੁੰਦੇ ਸੀ ਤਾਂ ਕਾਲਜ ਦੇ ਯੂਥ ਨੇ ਵਿਰੋਧ ਪ੍ਰਦਰਸ਼ਨ ਕਰਨਾ ਸ਼ੁਰੂ ਕਰ ਦਿੱਤਾ ਜਸਵੰਤ ਸਿੰਘ ਖਾਲੜਾ ਦੀ ਇਹ ਵਿਰੋਧ ਵਿੱਚ ਅਹਿਮ ਸ਼ਮੂਲੀਅਤ ਸੀ ਇਹ ਛੋਟਾ ਜਿਹਾ ਮੁੱਦਾ ਸੀ ਪਰ ਜਸਵੰਤ ਸਿੰਘ ਖਾਲੜਾ ਨੇ ਇਹ ਲਹਿਰ ਨੂੰ ਇੰਨਾ ਵੱਡਾ ਕਰ ਦਿੱਤਾ ਕਿ ਇਹ ਲਹਿਰ ਹੌਲੀ ਹੌਲੀ ਸੂਬੇ ਭਰ ਵਿੱਚ ਫੈਲ ਗਈ ਇਹੀ ਮਾਮਲੇ ਵਿੱਚ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਸੀ ਇਸ ਤੋਂ ਬਾਅਦ ਉਹ ਨੌਜਵਾਨ ਭਾਰਤ ਸਭਾ ਨਾਲ ਵੀ ਜੁੜੇ ਤੇ ਹੋਰ ਨੌਜਵਾਨਾਂ ਨੂੰ ਵੀ ਜੋੜਿਆ ਨੌਜਵਾਨ ਭਾਰਤ ਸਭਾ ਅੰਗਰੇਜ਼ਾਂ ਦੇ ਰਾਜ ਸਮੇਂ ਮਾਰਚ 1926 ਵਿੱਚ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਬਣਾਈ ਸੀ ਇਹ ਨੌਜਵਾਨ ਕ੍ਰਾਂਤੀਕਾਰੀਆਂ ਦਾ ਗਰੁੱਪ ਸੀ ਜੋ ਨੌਜਵਾਨਾਂ ਨੂੰ ਆਜ਼ਾਦੀ ਲੈਣ ਲਈ ਪ੍ਰੇਰਿਤ ਕਰਦਾ ਸੀ ਆਜ਼ਾਦੀ ਮਿਲਣ ਤੋਂ ਬਾਅਦ ਵੀ ਇਹ ਗਰੁੱਪ ਚੱਲਦਾ ਰਿਹਾ ਤੇ ਜਸਵੰਤ ਸਿੰਘ ਖਾਲੜਾ ਵਰਗੇ ਨੌਜਵਾਨ ਇਹਦੇ ਨਾਲ ਜੁੜਦੇ ਗਏ ਉਹਨਾਂ ਨੇ ਇਕੱਠੇ ਹੋ ਕੇ ਡੀਜ਼ਲ ਤੇ ਖਾਦ ਦੀ ਬਲੈਕ ਹੋਣੀ ਘਟਾ ਦਿੱਤੀ ਵਿਆਹ ਤੇ ਭੋਗ ਵਰਗੇ ਸਮਾਗਮਾਂ ਤੇ ਖਰਚ ਘੱਟ ਕਰਨ ਦੀ ਅਪੀਲ ਕੀਤੀ ਜਿੱਥੇ ਵੀ ਧੱਕੇਸ਼ਾਹੀ ਜਾਂ ਰਿਸ਼ਵਤਖੋਰੀ ਦਾ ਮਾਮਲਾ ਆਉਂਦਾ ਤਾਂ ਉਹ ਡਟ ਕੇ ਵਿਰੋਧ ਕਰਦੇ ਸੀ ਇਸ ਤਰ੍ਹਾਂ ਦੇ ਬਹੁਤ ਸਾਰੇ ਛੋਟੇ ਮੋਟੇ ਮਾਮਲੇ ਉਹਨਾਂ ਨੇ ਸੁਲਝਾਏ 1975 ਵਿੱਚ ਜਦੋਂ ਇੰਦਰਾ ਗਾਂਧੀ ਨੇ ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਤਾਂ ਇਹਨਾਂ ਨੇ ਉਸ ਦੇ ਵਿਰੋਧ ਵਿੱਚ ਵੀ ਹਿੱਸਾ ਲਿਆ ਉਹਨਾਂ ਦੀ ਗ੍ਰਿਫਤਾਰੀ ਵੀ ਹੋਈ ਤੇ ਕਈ ਮਹੀਨੇ ਪੁਲਿਸ ਤਸ਼ੱਦਦ ਦਾ ਸਾਹਮਣਾ ਕੀਤਾ 1977 ਦੌਰਾਨ ਜਨਰਲ ਇਲੈਕਸ਼ਨ ਹੋਏ ਸੈਂਟਰ ਦੇ ਨਾਲ ਨਾਲ ਪੰਜਾਬ ਵਿੱਚ ਵੀ ਕਾਂਗਰਸ ਸਰਕਾਰ ਚਲੀ ਗਈ ਪੰਜਾਬ ਵਿੱਚ ਅਕਾਲੀ ਦਲ ਸਰਕਾਰ ਆ ਗਈ ਪਰ ਜਸਵੰਤ ਸਿੰਘ ਖਾਲੜਾ ਨੂੰ ਕਾਂਗਰਸ ਅਕਾਲੀ ਦਲ ਤੇ ਉਸ ਤੋਂ ਬਾਅਦ ਚੱਲੀ ਖਾੜਕੂ ਲਹਿਰ ਉਹਨਾਂ ਦੇ ਲੀਡਰਾਂ ਦੇ ਵਿਚਾਰਾਂ ਕਰਕੇ ਬਹੁਤੀਆਂ ਪਸੰਦ ਨਹੀਂ ਸੀ ਉਹ ਹਿੰਸਾ ਦੇ ਸਖਤ ਖਿਲਾਫ਼ ਸੀ ਉਹਨਾਂ ਨੇ ਸਿੱਖਾਂ ਤੇ ਨਿਰੰਕਾਰੀਆਂ ਵਿਚਕਾਰ ਹੁੰਦੇ ਝਗੜੇ ਨੂੰ ਵੀ ਨਿੰਦਿਆ ਸੀ ਇਸ ਤੋਂ ਇਲਾਵਾ ਉਹ ਪੰਚਾਇਤ ਸੈਕਟਰੀ ਦੇ ਤੌਰ ਤੇ ਵੀ ਕੰਮ ਕਰ ਰਹੇ ਸੀ ਤੇ ਆਪਣੇ ਪਿਤਾ ਦੀ ਵੀ ਮਦਦ ਕਰ ਰਹੇ ਸੀ 1981 ਵਿੱਚ ਉਹਨਾਂ ਦਾ ਵਿਆਹ ਸਧਾਰਨ ਤਰੀਕੇ ਨਾਲ ਪਰਮਜੀਤ ਕੌਰ ਨਾਲ ਹੋਇਆ 1981 ਤੋਂ 85 ਤੱਕ ਪਰਮਜੀਤ ਕੌਰ ਨੇੜੇ ਦੇ ਪੂਲਾ ਪਿੰਡ ਵਿੱਚ ਅਧਿਆਪਕ ਰਹੇ ਤੇ 1985 ਵਿੱਚ ਉਹ 45 ਕਿਲੋਮੀਟਰ ਦੂਰ ਅੰਮ੍ਰਿਤਸਰ ਵਿੱਚ ਸ਼ਿਫਟ ਹੋ ਗਏ ਇੱਥੇ ਇਹਨਾਂ ਦੇ ਘਰ ਬੇਟੀ ਨਵਕਿਰਨ ਕੌਰ ਤੇ ਬੇਟੇ ਜਨਮੀਤ ਸਿੰਘ ਨੇ ਜਨਮ ਲਿਆ ਇੱਥੇ ਪਰਮਜੀਤ ਕੌਰ ਨੂੰ ਗੁਰੂ ਨਾਨਕ ਯੂਨੀਵਰਸਿਟੀ ਵਿੱਚ ਲਾਇਬ੍ਰੇਰੀ ਵਿੱਚ ਨੌਕਰੀ ਮਿਲ ਗਈ ਬਾਅਦ ਵਿੱਚ ਜਸਵੰਤ ਸਿੰਘ ਵੀ ਅੰਮ੍ਰਿਤਸਰ ਦੇ ਇੱਕ ਬੈਂਕ ਵਿੱਚ ਡਾਇਰੈਕਟਰ ਬਣੇ ਪਰ 1983-84 ਤੋਂ ਲੈ ਕੇ ਆਉਣ ਵਾਲੇ 10 ਸਾਲ ਪੰਜਾਬ ਲਈ ਬੜਾ ਔਖਾ ਸਮਾਂ ਸੀ ਇਹ ਸਮੇਂ ਵਿੱਚ ਪੰਜਾਬ ਨੇ ਸਮੇਂ-ਸਮੇਂ ਤੇ ਹਿੰਸਾ ਦੇਖੀ ਖਾੜਕੂ ਲਹਿਰ ਤੇ ਪੁਲਿਸ ਵਿਚਕਾਰ ਤਣਾਅ ਬਣਦੇ ਦੇਖੇ ਅੰਮ੍ਰਿਤਸਰ ਵਿੱਚ ਆਪਰੇਸ਼ਨ ਬਲੂ ਸਟਾਰ ਤੇ ਆਪਰੇਸ਼ਨ ਬਲੈਕ ਥੰਡਰ ਦੇਖੇ ਇਹ ਉਥਲ-ਪੁਥਲ ਵਿੱਚ ਓਨੇ ਬੇਕਸੂਰ ਲੋਕ ਨਹੀਂ ਮਾਰੇ ਗਏ ਜਿੰਨੇ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋਏ ਨੌਜਵਾਨ ਘਰਾਂ ਵਿੱਚੋਂ ਪੁਲਿਸ ਚੁੱਕ ਕੇ ਲੈ ਜਾਂਦੀ ਤੇ ਉਹ ਕਦੇ ਵੀ ਵਾਪਸ ਨਾ ਆਉਂਦੇ ਮੁੱਦਾ ਹੀ ਗਾਇਬ ਕਰ ਦਿੱਤਾ ਜਾਂਦਾ ਟਾਡਾ ਕਾਨੂੰਨ ਬਣਨ ਤੋਂ ਬਾਅਦ ਪੁਲਿਸ ਨੂੰ ਖੁੱਲ੍ਹੀ ਛੋਟ ਮਿਲੀ ਹੋਈ ਸੀ ਮਾਹੌਲ ਠੀਕ ਕਰਨ ਵਾਸਤੇ ਪੁਲਿਸ ਨੇ ਇਹ ਗਾਇਬ ਕੀਤੇ ਲੋਕਾਂ ਦਾ ਹਿਸਾਬ ਕਿਸੇ ਨੂੰ ਨਹੀਂ ਦੇਣਾ ਸੀ ਪਰ ਇਸ ਦੀ ਗਲਤ ਵਰਤੋਂ ਕੀਤੀ ਗਈ ਤੇ ਆਲੋਚਨਾ ਵੀ ਹੋਈ ਇਸੇ ਕਰਕੇ 1995 ਵਿੱਚ ਇਹ ਕਾਨੂੰਨ ਰੱਦ ਕਰ ਦਿੱਤਾ ਗਿਆ ਸੀ ਇਹ ਨਹੀਂ ਕਿ ਪੁਲਿਸ ਨੇ ਸਾਰੇ ਹੀ ਗਲਤ ਲੋਕਾਂ ਨੂੰ ਮਾਰਿਆ ਪਰ ਉਹਨਾਂ ਵਿੱਚੋਂ ਜ਼ਿਆਦਾਤਰ ਬੇਕਸੂਰ ਸੀ ਜਿਨ੍ਹਾਂ ਦਾ ਸੱਚ ਬਾਅਦ ਵਿੱਚ ਜਸਵੰਤ ਸਿੰਘ ਖਾਲੜਾ ਨੇ ਸਾਹਮਣੇ ਲਿਆਂਦਾ ਸੀ ਉਦੋਂ ਪੁਲਿਸ ਦੇ ਇਹ ਜ਼ੁਲਮ ਨੂੰ ਦੁਨੀਆ ਸਾਹਮਣੇ ਲਿਆਉਣ ਵਾਲਾ ਇੱਕ ਹੀ ਇਨਸਾਨ ਸੀ ਜਸਵੰਤ ਸਿੰਘ ਖਾਲੜਾ ਉਹ ਆਪਣੀ ਗਤੀਵਿਧੀਆਂ ਕਰਕੇ ਪੁਲਿਸ ਦੀਆਂ ਨਜ਼ਰਾਂ ਵਿੱਚ ਹੀ ਰਹਿੰਦੇ ਸੀ ਉਹਨਾਂ ਨੇ ਹੀ ਇਹ 10 ਸਾਲਾਂ ਵਿੱਚ ਜੋ ਧੱਕਾ ਹੋਇਆ ਉਸ ਨੂੰ ਜੱਗ ਜ਼ਾਹਿਰ ਕੀਤਾ ਅੱਗੇ ਦੱਸਦੇ ਹਾਂ ਪਰ ਉਸ ਤੋਂ ਪਹਿਲਾਂ ਦੱਸ ਦਈਏ ਕਿ 1991 ਵਿੱਚ ਭਾਰਤ ਵਿੱਚ ਚੋਣਾਂ ਹੋਈਆਂ ਤੇ
ਤੇ 1992 ਦੌਰਾਨ ਪੰਜਾਬ ਦੇ ਮੁੱਖ ਮੰਤਰੀ ਬਣੇ ਬੇਅੰਤ ਸਿੰਘ। ਬੇਅੰਤ ਸਿੰਘ ਦੇ ਰਾਜ ਵਿੱਚ KPS ਗਿੱਲ ਨੂੰ ਦੁਬਾਰਾ ਪੰਜਾਬ ਦਾ DGP ਬਣਾ ਕੇ ਪੰਜਾਬ ਲਿਆਂਦਾ ਗਿਆ। ਦੱਸ ਦਈ ਕਿ 1988 ਵਿੱਚ ਪਹਿਲੀ ਵਾਰ KPS ਗਿੱਲ ਨੂੰ ਪੰਜਾਬ ਦਾ DGP ਬਣਾਇਆ ਗਿਆ ਸੀ। ਉਦੋਂ ਪੰਜਾਬ ਦਾ ਮਾਹੌਲ ਬਹੁਤ ਖਰਾਬ ਸੀ, ਜਿਵੇਂ ਪਹਿਲਾਂ ਦੱਸਿਆ। ਇਹਨਾਂ ਨੂੰ DGP ਬਣਾਇਆ ਤਾਂ ਇਸ ਲਈ ਗਿਆ ਸੀ ਕਿ ਹਾਲਾਤ ਸੁਧਾਰੇ ਜਾ ਸਕਣ, ਪਰ 1990 ਵਿੱਚ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਦੇ ਕਹਿਣ ਤੇ KPS ਗਿੱਲ ਨੂੰ DGP ਦੇ ਅਹੁਦੇ ਤੋਂ ਹਟਾ ਕੇ ਵਾਪਸ CRPF ਵਿੱਚ ਭੇਜ ਦਿੱਤਾ ਗਿਆ ਸੀ, ਕਿਉਂਕਿ ਪ੍ਰਧਾਨ ਮੰਤਰੀ ਚੰਦਰ ਸ਼ੇਖਰ ਨੂੰ ਲੱਗ ਰਿਹਾ ਸੀ ਕਿ KPS ਗਿੱਲ ਵੀ ਇੱਕ ਪ੍ਰੋਬਲਮ ਸੀ। 1991 ਤੱਕ ਉਹ CRPF ਵਿੱਚ ਹੀ ਰਿਹਾ, ਪਰ ਪੰਜਾਬ ਵਿੱਚ ਬੇਅੰਤ ਸਿੰਘ ਦੀ ਸਰਕਾਰ ਸਮੇਂ 1992 ਦੌਰਾਨ KPS ਗਿੱਲ ਨੂੰ ਦੁਬਾਰਾ ਪੰਜਾਬ ਦਾ DGP ਬਣਾਇਆ ਗਿਆ। 1984-94 ਦਾ ਇਹ ਅਜਿਹਾ ਦੌਰ ਸੀ ਜਿਸ ਵਿੱਚ ਮਨੁੱਖੀ ਅਧਿਕਾਰਾਂ ਦਾ ਬਹੁਤ ਘਾਣ ਹੋਇਆ। ਕਈ ਪੱਤਰਕਾਰਾਂ ਤੇ ਵਕੀਲਾਂ ਨੂੰ ਕਾਬੂ ਕਰਕੇ ਖਤਮ ਕਰ ਦਿੱਤਾ ਗਿਆ। ਉਹਨਾਂ ਦਾ ਵੀ ਮੁੱਦਾ ਗਾਇਬ ਕਰ ਦਿੱਤਾ ਗਿਆ, ਕਿਉਂਕਿ ਉਹ ਮਨੁੱਖੀ ਅਧਿਕਾਰਾਂ ਦੀ ਗੱਲ ਕਰ ਰਹੀ ਸੀ। ਇਸੇ ਕਰਕੇ ਜਸਵੰਤ ਸਿੰਘ ਖਾਲੜਾ ਵੀ ਪੁਲਿਸ ਦੀਆਂ ਨਜ਼ਰਾਂ ਵਿੱਚ ਸੀ, ਕਿਉਂਕਿ ਉਹ ਲੋਕਾਂ ਨੂੰ ਆਪਣੇ ਨਾਲ ਸੰਘਰਸ਼ ਕਰਨ ਲਈ ਪ੍ਰੇਰਿਤ ਕਰ ਰਹੀ ਸੀ। 11 ਮਈ 1991 ਨੂੰ ਜਦੋਂ ਉਹ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਲਈ ਇੰਗਲੈਂਡ ਗਏ ਤਾਂ ਉੱਥੇ ਜਾ ਕੇ ਪਤਾ ਲੱਗਿਆ ਕਿ ਜੇਕਰ ਥੋੜਾ ਸਮਾਂ ਉਹ ਹੋਰ ਪੰਜਾਬ ਵਿੱਚ ਰਹਿੰਦੇ ਤਾਂ ਪੁਲਿਸ ਨੇ ਉਹਨਾਂ ਨੂੰ ਚੁੱਕਣ ਦੀ ਵੀ ਪੂਰੀ ਤਿਆਰੀ ਕੀਤੀ ਹੋਈ ਸੀ। ਇੰਗਲੈਂਡ ਵਿੱਚ ਉਹ ਸਿਆਸੀ ਪਨਾਹ ਲੈ ਕੇ ਕਾਫੀ ਸਮਾਂ ਰਹੇ, ਕਿਉਂਕਿ ਉਹਨਾਂ ਨੂੰ ਪੰਜਾਬ ਵਿੱਚ ਖਤਰਾ ਸੀ। ਇੱਥੇ ਰਹਿੰਦੇ ਹੋਏ ਹੀ ਉਹਨਾਂ ਨੇ ਪੰਜਾਬ ਵਿੱਚ ਚੱਲ ਰਹੀ ਧੱਕੇਜਾਈ ਬਾਰੇ ਅਮਰੀਕਾ ਤੇ UNO ਵਰਗੇ ਦੇਸ਼ਾਂ ਵਿਦੇਸ਼ਾਂ ਦੀਆਂ ਸਰਕਾਰਾਂ ਨੂੰ ਚਿੱਠੀਆਂ ਲਿਖੀਆਂ ਤੇ ਪੰਜਾਬ ਵਿੱਚ ਚੱਲ ਰਹੇ ਹਾਲਾਤਾਂ ਬਾਰੇ ਦੱਸਿਆ। ਕਿਤਾਬਾਂ, ਅਖਬਾਰਾਂ ਤੇ ਰਸਾਲਿਆਂ ਵਿੱਚ ਵੀ ਪੰਜਾਬ ਦਾ ਮਾਹੌਲ ਬਿਆਨ ਕੀਤਾ, ਕਿਉਂਕਿ ਉਦੋਂ ਪੰਜਾਬ ਵਿੱਚ ਬਹੁਤ ਸਾਰੇ ਨੌਜਵਾਨਾਂ ਨੂੰ ਘਰੋਂ ਚੁੱਕ ਚੁੱਕ ਕੇ ਗਾਇਬ ਕੀਤਾ ਜਾ ਰਿਹਾ ਸੀ। ਘਰ ਦੇ ਮੈਂਬਰਾਂ ਨੂੰ ਵੀ ਪਤਾ ਨਹੀਂ ਲੱਗਦਾ ਸੀ ਕਿ ਉਹਨਾਂ ਦਾ ਲਾਪਤਾ ਹੋਇਆ ਬੰਦਾ ਜਿਉਂਦਾ ਵੀ ਹੈ ਜਾਂ ਨਹੀਂ। ਇਹੋ ਜਿਹੇ ਸਮੇਂ ਵਿੱਚ ਜਸਵੰਤ ਸਿੰਘ ਖਾਲੜਾ ਨੇ ਇੰਗਲੈਂਡ ਤੋਂ ਵਾਪਸ ਪੰਜਾਬ ਆਉਣ ਦਾ ਫੈਸਲਾ ਕੀਤਾ, ਕਿਉਂਕਿ ਇਕੱਲਾ ਬਾਹਰ ਬੈਠ ਕੇ ਲਿਖਣ ਨਾਲ ਗੱਲ ਨਹੀਂ ਬਣਨੀ ਸੀ। ਉਹਨਾਂ ਨੂੰ ਇਹ ਸਾਰਾ ਸੱਚ ਸਾਹਮਣੇ ਲਿਆਉਣ ਵਾਸਤੇ ਖੁਦ ਗਰਾਊਂਡ ਲੈਵਲ ਤੇ ਆ ਕੇ ਸਬੂਤ ਇਕੱਠੇ ਕਰਨੇ ਪੈਣੇ ਸੀ, ਕਿਉਂਕਿ ਪੁਲਿਸ ਇੱਕ ਖਾੜਕੂ ਬੰਦੇ ਨੂੰ ਖਤਮ ਕਰਨ ਵਾਸਤੇ ਹੋਰ ਵੀ ਕਈ ਬੇਕਸੂਰ ਲੋਕਾਂ ਨੂੰ ਨਾਲ ਆਪਣਾ ਸ਼ਿਕਾਰ ਬਣਾ ਲੈਂਦੀ। ਜਿਵੇਂ ਬਹਿਲਾ ਕਾਂਡ ਵਿੱਚ 3 ਖਾੜਕੂਆਂ ਦੇ ਨਾਲ ਨਾਲ 7 ਹੋਰ ਪਿੰਡ ਵਾਸੀ ਪੁਲਿਸ ਦਾ ਸ਼ਿਕਾਰ ਹੋਏ, ਜਿਨ੍ਹਾਂ ਨੂੰ ਪੁਲਿਸ ਨੇ ਤਰਨ ਤਾਰਨ ਦੇ ਇੱਕ ਸ਼ਮਸ਼ਾਨ ਘਾਟ ਵਿੱਚ ਲਿਜਾ ਕੇ ਅਣਪਛਾਤਾ ਘੋਸ਼ਿਤ ਕਰਕੇ ਖਤਮ ਕਰ ਦਿੱਤਾ। ਤਰਨ ਤਾਰਨ ਦੇ ਪੁਲਿਸ ਅਫੀਸਰ ਅਜੀਤਪਾਲ ਸਿੰਘ ਸੰਧੂ ਦਾ ਇਹ ਕੰਮ ਵਿੱਚ ਅਹਿਮ ਰੋਲ ਦੱਸਿਆ ਜਾ ਰਿਹਾ ਸੀ, ਪਰ ਜਸਵੰਤ ਸਿੰਘ ਖਾਲੜਾ ਨੇ ਇਹਨਾਂ ਨੂੰ ਝੂਠਾ ਸਾਬਤ ਕਰਦੇ ਹੋਏ ਮੀਡੀਆ ਸਾਹਮਣੇ ਸੱਚ ਲਿਆ ਦਿੱਤਾ ਸੀ। ਇਸ ਤੋਂ ਬਾਅਦ ਖਾਲੜਾ ਨੇ ਆਪਣੀ ਮਿਹਨਤ ਹੋਰ ਵਧਾ ਦਿੱਤੀ। ਹੁਣ ਜਸਵੰਤ ਸਿੰਘ ਖਾਲੜਾ ਨੂੰ ਇਹ ਪਤਾ ਲੱਗ ਚੁੱਕਿਆ ਸੀ ਕਿ ਜੋ ਉਹਨਾਂ ਦੇ 2 ਸਾਥੀ ਕਾਫੀ ਦਿਨਾਂ ਤੋਂ ਲਾਪਤਾ ਨੇ, ਉਹਨਾਂ ਨਾਲ ਵੀ ਪੁਲਿਸ ਨੇ ਅਜਿਹਾ ਹੀ ਕੀਤਾ ਹੋਵੇਗਾ। ਇੱਕ ਵਾਰ ਉਹਨਾਂ ਨੇ ਕੁਝ ਬੰਦਿਆਂ ਨੂੰ ਆਪਣੇ ਨਾਲ ਲਾਇਆ ਤੇ ਖੁਦ ਨੂੰ ਸਰਕਾਰੀ ਬੰਦੇ ਦੱਸਿਆ। ਅੰਮ੍ਰਿਤਸਰ, ਮਜੀਠਾ ਤੇ ਤਰਨ ਤਾਰਨ ਦੇ ਸ਼ਮਸ਼ਾਨ ਘਾਟਾਂ ਵਿੱਚੋਂ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਲੈ ਲਿਆ ਤੇ ਇਸੇ ਤਰ੍ਹਾਂ ਸਰਕਾਰੀ ਅਫਸਰ ਬਣ ਕੇ ਹੀ ਅੰਮ੍ਰਿਤਸਰ, ਮਜੀਠਾ ਤੇ ਤਰਨ ਤਾਰਨ ਦੇ ਸ਼ਮਸ਼ਾਨ ਘਾਟਾਂ ਵਿੱਚੋਂ ਅਣਪਛਾਤੀਆਂ ਲਾਸ਼ਾਂ ਦਾ ਰਿਕਾਰਡ ਲੈ ਲਿਆ, ਜਿਸ ਵਿੱਚ ਲੋਕਾਂ ਦੇ ਨਾਮ, ਉਮਰ, ਪਤਾ ਸਭ ਲਿਖਿਆ ਹੋਇਆ ਸੀ। ਇਹ ਵੀ ਦੱਸਿਆ ਗਿਆ ਸੀ ਕਿ ਇਹਨਾਂ ਨੂੰ ਕਿਹੜੇ ਅਫਸਰ ਇੱਥੇ ਲੈ ਕੇ ਆਏ ਸੀ। ਇਹ ਵੀ ਪਤਾ ਲੱਗਿਆ ਕਿ ਕਦੇ ਪੰਜਾਬ ਪੁਲਿਸ ਟਰੱਕ ਭਰ ਭਰ ਕੇ ਵੀ ਇਹੋ ਜਿਹੇ ਲੋਕਾਂ ਦੇ ਲਿਆਉਂਦੀ ਸੀ। ਵਰਤੀਆਂ ਜਾਣ ਵਾਲੀਆਂ ਲੱਕੜਾਂ ਤੋਂ ਵੀ ਗਿਣਤੀ ਦਾ ਅੰਦਾਜ਼ਾ ਲਗਾਇਆ ਗਿਆ। ਆਸ-ਪਾਸ ਦੇ ਲੋਕਾਂ ਨੇ ਉਹਨਾਂ ਨੂੰ ਇਹ ਵੀ ਦੱਸਿਆ ਕਿ ਕਈਆਂ ਨੂੰ ਤਾਂ ਸ਼ਮਸ਼ਾਨ ਘਾਟ ਵਿੱਚ ਪਹੁੰਚਣ ਤੋਂ ਪਹਿਲਾਂ ਹੀ ਨਦੀਆਂ ਨਾਲਾਂ ਵਿੱਚ ਸੁੱਟ ਦਿੱਤਾ ਜਾਂਦਾ, ਬਹੁਤ ਸਾਰੇ ਲੋਕ ਕੁੱਤਿਆਂ ਦਾ ਵੀ ਸ਼ਿਕਾਰ ਹੋ ਗਏ। ਇਹ 3 ਜ਼ਿਲ੍ਹਿਆਂ ਵਿੱਚੋਂ ਹੀ ਜਸਵੰਤ ਸਿੰਘ ਖਾਲੜਾ ਨੂੰ ਅਣਪਛਾਤੇ ਕਹਿ ਕੇ ਖਤਮ ਕੀਤੇ ਗਏ 2000 ਤੋਂ 6000 ਲੋਕਾਂ ਦਾ ਰਿਕਾਰਡ ਮਿਲਿਆ। ਪੂਰੇ ਪੰਜਾਬ ਵਿੱਚ ਉਹਨਾਂ ਨੇ ਅਨੁਮਾਨ ਲਗਾਇਆ ਕਿ 25000 ਤੋਂ ਵੀ ਜ਼ਿਆਦਾ ਅਜਿਹੇ ਲੋਕ ਹੋਣਗੇ। ਇਹ ਸਾਰੇ ਰਿਕਾਰਡ ਇਕੱਠੇ ਕਰਨ ਤੋਂ ਬਾਅਦ ਉਹਨਾਂ ਨੇ ਬੇਖੌਫ ਹੋ ਕੇ ਇੱਕ ਦਿਨ ਮੀਡੀਆ ਸਾਹਮਣੇ KPS ਗਿੱਲ ਦੀ ਪੋਲ ਖੋਲ ਕੇ ਰੱਖ ਦਿੱਤੀ, ਪਰ KPS ਗਿੱਲ ਨੇ ਇਹ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਕਿ ਇਹ ਬੰਦੇ ਵਿਦੇਸ਼ਾਂ ਵਿੱਚ ਰਹਿ ਕੇ ਵਾਧੂ ਪੈਸਾ ਕਮਾ ਰਹੇ ਨੇ ਤੇ ਇੱਥੋਂ ਦਾ ਮਾਹੌਲ ਖਰਾਬ ਕਰ ਰਹੇ ਨੇ। ਪਰ ਜਸਵੰਤ ਸਿੰਘ ਖਾਲੜਾ ਨੇ ਅਗਲੇ ਦਿਨ ਹੀ ਪ੍ਰੈਸ ਕਾਨਫਰੰਸ ਕਰਕੇ 80 ਤੋਂ 100 ਪੀੜਤ ਪਰਿਵਾਰਾਂ ਨੂੰ ਮੀਡੀਆ ਸਾਹਮਣੇ ਲਿਆ ਕੇ ਖੜਾ ਕਰ ਦਿੱਤਾ ਤੇ ਸੱਚ ਲੋਕਾਂ ਸਾਹਮਣੇ ਆਇਆ। ਜਸਵੰਤ ਸਿੰਘ ਖਾਲੜਾ ਨੇ ਕੋਰਟ ਵਿੱਚ ਵੀ ਪਟੀਸ਼ਨ ਲਗਾਈ ਸੀ ਕਿ ਕਰੀਬ 25000 ਬੰਦਾ ਪੂਰੇ ਪੰਜਾਬ ਵਿੱਚੋਂ ਅਣਪਛਾਤਾ ਕਹਿ ਕੇ ਖਤਮ ਕਰ ਦਿੱਤਾ ਗਿਆ, ਪਰ ਕੋਰਟ ਨੇ ਇਹ ਕਹਿ ਕੇ ਪਟੀਸ਼ਨ ਰਿਜੈਕਟ ਕਰ ਦਿੱਤੀ ਸੀ ਕਿ ਉਹਨਾਂ ਦੇ ਪੀੜਤ ਪਰਿਵਾਰ ਹੀ ਅਜਿਹੀ ਪਟੀਸ਼ਨ ਲਗਾ ਸਕਦੇ ਨੇ, ਤਾਂ ਇਹਨਾਂ ਨੇ ਕਰੀਬ 100 ਪਰਿਵਾਰਾਂ ਨੂੰ ਮਨਾ ਕੇ ਕੋਰਟ ਵਿੱਚ ਪਟੀਸ਼ਨ ਲਗਵਾ ਦਿੱਤੀ ਸੀ। ਇਸ ਤੋਂ ਬਾਅਦ ਇਹਨਾਂ ਨੂੰ ਤੇ ਪਟੀਸ਼ਨ ਲਗਵਾਉਣ ਵਾਲੇ ਪਰਿਵਾਰਾਂ ਨੂੰ ਬਹੁਤ ਸਾਰੀਆਂ ਧਮਕੀਆਂ ਤੇ ਝੂਠੇ ਕੇਸਾਂ ਦਾ ਸਾਹਮਣਾ ਕਰਨਾ ਪਿਆ। 1995 ਵਿੱਚ ਕੈਨੇਡਾ ਦੇ ਕਈ ਗੁਰਦੁਆਰਿਆਂ ਵਿੱਚ ਜਾ ਕੇ ਵੀ ਉਹਨਾਂ ਨੇ ਪੰਜਾਬ ਪੁਲਿਸ ਵੱਲੋਂ ਗਾਇਬ ਕਰਕੇ ਮਾਰੇ ਗਏ ਸਿੱਖਾਂ ਬਾਰੇ ਤਕੜੇ ਭਾਸ਼ਣ ਦਿੱਤੇ। ਹੁਣ ਪੰਜਾਬ ਵਿੱਚ ਜੋ ਮਾਹੌਲ ਚੱਲ ਰਿਹਾ ਸੀ ਉਸ ਨੂੰ ਜਸਵੰਤ ਸਿੰਘ ਖਾਲੜਾ ਨੇ ਦੇਸ਼ਾਂ ਵਿਦੇਸ਼ਾਂ ਤੱਕ ਪਹੁੰਚਾ ਦਿੱਤਾ। ਉਧਰ 31 ਅਗਸਤ 1995 ਨੂੰ CM ਬੇਅੰਤ ਸਿੰਘ ਮਾਰੇ ਗਏ ਤੇ ਪੰਜਾਬ ਦਾ ਮਾਹੌਲ ਹੋਰ ਜ਼ਿਆਦਾ ਖਰਾਬ ਹੋ ਗਿਆ। ਹੁਣ ਪੰਜਾਬ ਪੁਲਿਸ ਹੋਰ ਸਖਤ ਹੋ ਗਈ ਸੀ। ਉਧਰ ਕੈਨੇਡਾ ਵਿੱਚ ਬੈਠੇ ਸਿੱਖਾਂ ਨੇ ਵੀ ਜਸਵੰਤ ਸਿੰਘ ਖਾਲੜਾ ਨੂੰ ਕੈਨੇਡਾ ਵਿੱਚ ਰਹਿਣ ਲਈ ਹੀ ਕਿਹਾ, ਕਿਉਂਕਿ ਪੰਜਾਬ ਵਿੱਚ ਹੁਣ ਉਹਨਾਂ ਨੂੰ ਬਹੁਤ ਜ਼ਿਆਦਾ ਖਤਰਾ ਸੀ। ਪਰ ਜਸਵੰਤ ਸਿੰਘ ਖਾਲੜਾ ਨੇ ਬਿਨਾਂ ਪਰਵਾਹ ਕੀਤੇ ਪੰਜਾਬ ਦੇ ਉਹ ਬੇਕਸੂਰ ਲੋਕਾਂ ਨਾਲ ਖੜਨ ਲਈ ਰਿਸਕ ਲੈ ਕੇ ਵੀ ਪੰਜਾਬ ਆਉਣ ਦਾ ਫੈਸਲਾ ਕੀਤਾ। ਤਾਂ 6 ਅਗਸਤ 1995 ਨੂੰ ਜਸਵੰਤ ਸਿੰਘ ਖਾਲੜਾ ਆਪਣੇ ਘਰ ਅੱਗੇ ਗੱਡੀ ਧੋ ਰਹੇ ਸੀ। ਅਚਾਨਕ ਇੱਕ ਬਿਨਾਂ ਨੰਬਰ ਪਲੇਟ ਤੋਂ ਇੱਕ ਗੱਡੀ ਤੇ ਬੈਣ ਉਹਨਾਂ ਕੋਲ ਆ ਕੇ ਰੁਕੀ, ਜਿਸ ਵਿੱਚੋਂ 7 ਤੋਂ 8 ਬੰਦੇ ਨਿਕਲੇ ਤੇ ਜਸਵੰਤ ਸਿੰਘ ਖਾਲੜਾ ਨੂੰ ਫੜ ਕੇ
CBI ने भी साबित कर दिता कि जसवंत सिंह खालड़ा नूं पंजाब पुलिस ने अगवा करके मारिया। उसके दो गवांढी कृपाल सिंह ते रणजीत सिंह ए केस विच मौके दे गवाह सी, जिन्हां नूं गवाही ना देण लई झूठे केस ते कुटमार दा भी सामना करना पिया जिन्ना समां इह केस चलिया। पर असल गवाही कुलदीप सिंह बचड़े ने दित्ती, जो स्पैशल पुलिस ऑफिसर सी ते नौजवानां नूं पिंडां विचों चुक्कण लई ज्यादा जांदा सी। उह पहलां इह केस विच पुलिस दे हक विच सी, पर झगड़ा होण तों बाद उह जसवंत सिंह खालड़ा दे हक विच आ गया। उसने कहा कि सब तों पहलां जबल पुलिस स्टेशन विच उन्हां नूं लिजाया गया, करीब 48 दिन अलग अलग थावां ते लिजा के उस ते जुल्म कीता गया ते एक बार KPS गिल दे सामने भी पेश कीता गया ते आखिर 25 अक्तूबर 1995 नूं पुलिस ने उन्हां नूं खत्म करके हरी के पतन दरिया दे आस पास सुट दिता। तां इन्हां दी ही पूरी स्टोरी ते दिलजीत दोसांझ दी एक फिल्म आ रही है, जिस दे विचों सेंसर बोर्ड द्वारा बहुत सारे सीन कट्टे जा चुके ने। तां दोस्तों उम्मीद करदे हां इह जानकारी तुहानूं चंगी लगी होवेगी। वीडियो चंगी लगे तां इक लाइक कर सकदे हो, इहो जिहीआं होर वीडियोज़ देखण लई साडे चैनल नूं हुणे सबसक्राइब कर सकदे हो। तुसीं साडा इही कंटेंट साडे फेसबुक पेज ते Instagram पेज पर भी देख सकते हो। तो दोस्तों मिलते हैं किसी होर वीडियो के नाल।